ਹੈਲੋ, ਸਤਿ ਸ਼੍ਰੀ ਅਕਾਲ ਐਂਡ ਜੀ ਆਇਆਂ ਨੂੰ। ESS ਗਲੋਬਲ ਦੀ ਇੱਕ ਨਵੀਂ ਮੁਹਿੰਮ ਦੇ ਵਿੱਚ, ਜਿਸ ਵਿੱਚ ਕਿ ਅਸੀਂ ਰਿਅਲਾਈਜ਼ ਕੀਤਾ ਆਪਣੇ ਵਿਜ਼ਿਟਸ ਨਾਲ, ਆਪਣੇ ਸੈਮੀਨਾਰ ਦੇ ਨਾਲ ਅਤੇ ਬੱਚੇ ਦੀ ਉਹਨਾਂ ਕੁਐਰੀਜ਼ ਦੇ ਨਾਲ ਜੋ ਕਿ ਸਾਨੂੰ ਬੱਚਾ ਟੈਲੀਫੋਨ ਉੱਤੇ ਕਾਉਂਸਲਿੰਗ ਸੈਸ਼ਨ ਦੇ ਵਿੱਚ ਪੁੱਛਦਾ ਹੈ, ਅਤੇ ਜਿਹਦਾ ਜਨਮ ਹੁੰਦਾ ਉਸ ਕੁਐਰੀ ਦਾ ਰਿਜੈਕਸ਼ਨ ਨੂੰ ਵੇਖ ਕੇ, ਕੋਰਸ ਕਿਵੇਂ ਸਿਲੈਕਟ ਕੀਤੇ ਜਾਣ, ਕੋਰਸ ਕਿਹੜੇ ਦੇਸ਼ 'ਚ ਕੀਤਾ ਜਾਵੇ, ਮੇਰਾ ਬੈਕਗਰਾਊਂਡ ਆ ਹੈਗਾ, ਮੇਰਾ ਐਕਸਪੀਰੀਅੰਸ ਆ ਹੈਗਾ, ਅਤੇ ਅਸੀਂ ਹੁਣ ਕਿਹੜੇ ਕਿਹੜੇ ਦੇਸ਼ ਵਾਸਤੇ ਕੁਆਲੀਫਾਈ ਕਰ ਸਕਦੇ ਹੈਗੇ ਹਾਂ। ਤਾਂ ਇੱਕ ਨਵੀਂ ਵੈਬ ਸੀਰੀਜ਼ ਜਿਹੜੀ ਅਸੀਂ ਸ਼ੁਰੂ ਕੀਤੀ ਹੈ ਉਹਨਾਂ ਪਰਸਪੈਕਟਿਵ ਸਟੂਡੈਂਟਸ ਵਾਸਤੇ, ਜਿਹੜਾ ਕਿ ਬਾਹਰ ਜਾਣ ਦਾ ਪਲਾਨ ਕਰਦੇ ਪਏ ਹੈ ਪਰ ਕਿਤੇ ਨਾ ਕਿਤੇ ਆਪਣੀ ਪ੍ਰੋਫਾਈਲ ਨੂੰ ਦੂਜੇ ਬੱਚਿਆਂ ਦੇ ਨਾਲ ਕੰਪੇਅਰ ਕਰ ਲੈਂਦੇ ਨੇ, ਉਹਨੂੰ ਇਸ ਕੋਰਸ ਵਿੱਚ ਵੀਜ਼ਾ ਮਿਲਿਆ ਸੀ ਪਰ ਮੇਰੇ ਇਹ ਫਰੈਂਡ ਨੂੰ ਇਸ ਕੋਰਸ 'ਚ ਰਿਜੈਕਸ਼ਨ ਆ ਗਿਆ। ਤਾਂ ਛੋਟੀ ਜਿਹੀ ਮੁਹਿੰਮ, ਛੋਟਾ ਜਿਹਾ ਪ੍ਰਯਤਨ ਤੁਹਾਨੂੰ ਇੱਕ ਗਾਈਡੈਂਸ ਦੇਣ ਵਾਸਤੇ, ਵੈਬ ਸੀਰੀਜ਼ ਟੋਟਲੀ ਡੈਡੀਕੇਟਿਡ ਟੂ ਦਾ ਕੋਰਸਿਸ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਜਿਹੜੇ ਤੁਹਾਨੂੰ ਮਿਲਦੇ ਹੈਗੇ ਨੇ, ਅਲੋਂਗ ਵਿਦ ਦਰ ਐਲੀਜੀਬਿਲਿਟੀ ਕ੍ਰਾਈਟੀਰੀਆ ਕਰਨ ਦੀ ਕੋਸ਼ਿਸ਼ ਹੈਗੀ ਹੈ। ਅੱਜ ਇਹਨਾਂ ਦਾ ਪਹਿਲਾ ਐਪੀਸੋਡ ਜਿਹੜੇ ਤੁਹਾਡੇ ਨਾਲ ਟੈਲੀਕਾਸਟ ਹੋ ਰਿਹਾ ਹੈਗਾ, ਆਪਾਂ ਡੈਡੀਕੇਟ ਕਰਾਂਗੇ ਉਹਨਾਂ ਨਰਸਿਸ ਵਾਸਤੇ ਜਿਹੜਾ ਕਿ GNM ਔਰ BSc ਨਰਸਿੰਗ ਤੋਂ ਬਾਅਦ ਬਾਹਰ ਦੀਆਂ ਆਪਸ਼ਨ ਲੱਭਦੀਆਂ ਪਈਆਂ ਨੇ। ਜਦ ਤੁਸੀਂ ਆਪਣੀ ਕੁਆਲੀਫਿਕੇਸ਼ਨ GNM ਨਰਸਿਸ ਔਰ BSc ਨਰਸਿਸ ਕੰਪਲੀਟ ਕਰਦੇ ਹੋ, ਉਸ ਤੋਂ ਬਾਅਦ ਆਪਣੀ ਰਜਿਸਟ੍ਰੇਸ਼ਨ ਪ੍ਰੋਸੈਸ ਕਰਦੇ ਹੋ, ਤਾਂ ਬਹੁਤ ਸਾਰੇ ਬੱਚੇ ਇੱਕ ਆਪਸ਼ਨ ਲੈ ਕੇ ਸਟਰੱਕ ਹੋ ਜਾਂਦੇ ਨੇ ਵੀ ਆਹ ਆਪਸ਼ਨ ਮੈਨੂੰ ਅਗਲੇ ਕੰਟਰੀ 'ਚ ਕਿੱਥੇ ਮਿਲੇਗੀ। ਫੋਰ ਐਗਜ਼ਾਮਪਲ, ਇੱਕ ਬੱਚਾ GNM ਨਰਸਿਸ ਜਾਂ BSc GNM ਤੋਂ ਬਾਅਦ ਸਪੈਸੀਫਿਕਲੀ ਗੱਲ ਕਰੀਏ, ਜਾਂ BSc ਤੋਂ ਬਾਅਦ ਵੀ ਕਾਫੀ ਸਾਰੇ ਬੱਚੇ ਪਰਸਨਲ ਸਪੋਰਟ ਵਰਕਰ ਡਿਪਲੋਮਾ ਕੈਨੇਡਾ 'ਚ ਲੱਭਦੇ ਨੇ, ਇਹੀ ਬੱਚੇ ਮਾਸਟਰਸ ਆਫ ਨਰਸਿੰਗ ਔਰ BSc ਨਰਸਿੰਗ ਪੋਸਟ ਰਜਿਸਟ੍ਰੇਸ਼ਨ ਕੋਰਸਿਸ ਆਸਟ੍ਰੇਲੀਆ 'ਚ ਲੱਭਦੇ ਨੇ, ਲੈਵਲ 7 ਲੈਵਲ 8 ਦੇ ਕੋਰਸਿਸ ਨਿਊਜ਼ੀਲੈਂਡ ਦੇ ਵਿੱਚ ਲੱਭਦੇ ਨੇ, ਐਂਡ UK ਦੇ ਵਿੱਚ ਕੁਛ ਮਾਸਟਰਸ ਆਫ ਨਰਸਿੰਗ ਕੋਰਸਿਸ ਹੁੰਦੇ ਨੇ, ਜਿਹੜਾ ਕਿ ਤੁਹਾਨੂੰ ਉੱਥੋਂ ਦੀ RN ਵਾਸਤੇ ਕੁਆਲੀਫਾਈ ਕਰਨ ਲਈ ਐਲੀਜੀਬਲ ਕਰ ਦਿੰਦਾ। ਵੱਖਰੇ ਵੱਖਰੇ ਕੋਰਸਿਸ, ਚਾਹੇ ਉਹ ਡਿਪਲੋਮਾ ਲੈਵਲ ਹੈ, BSc ਪੋਸਟ ਰਜਿਸਟ੍ਰੇਸ਼ਨ ਹੈ, ਮਾਸਟਰਸ ਆਫ ਨਰਸਿੰਗ ਹੈ, ਹਰੇਕ ਦਾ ਇੱਕ ਵੱਖਰਾ ਵੱਖਰਾ ਆਊਟਕਮ ਹੁੰਦਾ ਜਿਹੜਾ ਤੁਹਾਨੂੰ ਉਸ ਕੰਟਰੀ ਵਾਸਤੇ ਸਪੈਸੀਫਿਕਲੀ ਰਜਿਸਟਰਡ ਨਰਸ ਕੁਆਲੀਫਾਈ ਕਰਵਾਉਂਦਾ ਜਾਂ ਨਹੀਂ ਕਰਵਾਉਂਦਾ ਹੈਗਾ। ਅਗੇਨ, ਡਿਫਰੈਂਟ ਕੋਰਸਿਸ, ਡਿਫਰੈਂਟ ਕ੍ਰਾਈਟੀਰੀਆ। ਤਾਂ ਇੱਕ ਨਰਸਿਸ ਜਦ ਆਪਣੀ GNM ਪ੍ਰੋਫਾਈਲ ਖਤਮ ਕਰਦੀਆਂ ਨੇ, ਐਜੂਕੇਸ਼ਨ ਐਂਡ BSc ਕਰਦੀਆਂ ਨੇ, ਪਲੱਸ ਐਕਸਪੀਰੀਅੰਸ ਹੁੰਦਾ, ਡਿਪੈਂਡ ਕਰਦਾ ਤੁਹਾਡੇ ਆਈਲੈਟਸ ਦੇ ਸਕੋਰ ਦੇ ਉੱਤੇ, ਤੁਹਾਡੇ ਆਈਲੈਟਸ ਕੀ ਸਕੋਰ ਹੈ, ਉਸ ਤੋਂ ਬਾਅਦ ਤੁਸੀਂ ਆਪਣਾ ਕੰਟਰੀ ਸਿਲੈਕਟ ਕਰ ਸਕਦੇ ਹੋ ਕਿੱਥੇ ਜਾਣਾ ਚਾਹੁੰਦੇ ਹੋ। ਫੋਰ ਐਗਜ਼ਾਮਪਲ, ਤੁਹਾਡੇ 6 ਬੈਂਡ ਹੈ, ਹੁਣ 6 ਬੈਂਡ ਦੇ ਨਾਲ ਤੁਹਾਡੇ ਕੋਲ ਨਰਸਿਸ ਦੀ ਆਪਸ਼ਨ ਘੱਟ ਮਿਲਦੀ ਹੈ, ਕਿਉਂਕਿ RN ਬਣਨ ਵਾਸਤੇ, ਰਜਿਸਟਰਡ ਨਰਸ ਹੋਣ ਵਾਸਤੇ ਕਿਸੇ ਵੀ ਇਹਨਾਂ ਦੇਸ਼ਾਂ ਦੇ ਵਿੱਚ ਹਾਇਰ ਇੰਗਲਿਸ਼ ਰਿਕੁਆਇਰਮੈਂਟ ਦੀ ਲੋੜ ਪੈਂਦੀ ਹੈਗੀ ਹੈ, ਜੋ ਕਿ ਇੱਕ ਇੱਥੋਂ ਦੀ ਨਰਸ ਕਈ ਵਾਰ ਸਟਰਗਲ ਕਰਦੀ ਹੈ ਲੈਣ ਵਾਸਤੇ। ਤਾਂ ਉਸ ਹਿਸਾਬ ਨਾਲ ਆਪਣਾ ਤੁਸੀਂ ਕੰਟਰੀ ਅਤੇ ਲੈਵਲ ਆਫ ਐਜੂਕੇਸ਼ਨ ਸਿਲੈਕਟ ਕਰ ਸਕਦੇ ਹੈਗੇ ਹੋ। ਪਲੱਸ ਬਹੁਤ ਸਾਰੀ ਨਰਸਿਸ ਜਿਹੜੀਆਂ ਹੈਗੀਆਂ ਨੇ ਅੱਜ ਦੀ ਡੇਟ ਦੇ ਵਿੱਚ ਆਫਟਰ GNM ਮੈਰਿਡ ਹੋ ਜਾਂਦੀਆਂ ਨੇ, ਆਪਣੇ ਦਾ ਤੁਸੀਂ ਕੰਮ ਕਰਦੇ ਪਏ ਹੋ, ਨਾਲ ਗ੍ਰਸਤੀ ਸੰਭਾਲਦੇ ਪਏ ਹੋ, ਨਾਲ ਹੀ ਪਲੈਨਿੰਗ ਕਰਦੇ ਪਏ ਹੋ ਬਾਹਰ ਆਪਣਾ ਚੰਗਾ ਫਿਊਚਰ ਬਣਾਉਣ ਦੀ, ਤਾਂ ਆਹ ਇੱਕ ਪੈਰਾਮੀਟਰ ਵੇਖਣਾ ਪੈਂਦਾ ਵੀ ਕਿਹੜਾ ਕੰਟਰੀ GNM ਨਰਸਿਸ ਤੋਂ ਬਾਅਦ ਤੁਹਾਨੂੰ ਸਪਾਊਸ ਦੇ ਨਾਲ ਆਉਣ ਦੀ ਪਰਮਿਸ਼ਨ ਦਿੰਦਾ। ਜੇ ਤੁਸੀਂ ਸਪਾਊਸ ਨਾਲ ਜਾਣਾ ਚਾਹੁੰਦੇ ਹੋ ਤਾਂ, ਸਿੰਗਲ ਜਾਣਾ ਚਾਹੁੰਦੇ ਹੋ, ਤੁਹਾਡੇ ਵਾਸਤੇ ਮੈਰਿਡ ਹੋਣਾ ਜਾਂ ਮੈਰਿਡ ਹੋ ਕੇ ਇਕੱਲੇ ਜਾਣਾ ਕੋਈ ਵੱਡੀ ਕ੍ਰਾਈਟੀਰੀਆ ਨਹੀਂ ਹੈ ਕਿਸੇ ਦੇਸ਼ ਦਾ, ਤੁਹਾਨੂੰ ਸਾਰੇ ਕੰਟਰੀਜ਼ ਵੈਲਕਮ ਕਰਨਗੇ, ਐਜ਼ ਲੌਂਗ ਐਜ਼ ਤੁਸੀਂ ਆਪਣੇ ਐਡਮਿਸ਼ਨ ਕ੍ਰਾਈਟੀਰੀਆ ਜਿਸ ਅਕੈਡਮਿਕ ਨੰਬਰ ਆ ਜਾਂਦੇ ਨੇ, ਪਲੱਸ ਲੈਂਗੁਏਜ ਕ੍ਰਾਈਟੀਰੀਆ ਜਿਸ ਵਿੱਚ ਤੁਹਾਡੇ ਆਈਲੈਟਸ ਔਰ PT ਦਾ ਸਕੋਰ ਆ ਜਾਂਦਾ ਕੁਆਲੀਫਾਈ ਕਰਦੇ ਹੋ, ਤਾਂ ਫਿਲਟਰ ਹੁੰਦਾ ਰਹਿੰਦਾ ਡਾਊਨ। ਜਦ ਤੁਸੀਂ ਸਪਾਊਸ ਨੂੰ ਨਾਲ ਲੈ ਕੇ ਜਾਣਾ ਹੈਗਾ ਤਾਂ ਉਸ ਹਿਸਾਬ ਨਾਲ ਉਹ ਕੋਰਸਿਸ ਅਤੇ ਕੰਟਰੀ ਸਿਲੈਕਟ ਕਰ ਸਕਦੇ ਹੋ। ਨਾਲ ਵੈਰੀ ਇੰਪੋਰਟੈਂਟ ਚੀਜ਼, ਤੁਹਾਨੂੰ ਇਹ ਬਿਲਕੁਲ ਕਲੀਅਰ ਹੋਣਾ ਚਾਹੀਦਾ ਹੈ ਕਿ ਤੁਸੀਂ GNM ਕਰਨ ਤੋਂ ਬਾਅਦ ਜਾਂ BSc ਨਰਸਿੰਗ ਕਰਨ ਤੋਂ ਬਾਅਦ ਜਿਹੜਾ ਵੀ ਦੇਸ਼ ਸਿਲੈਕਟ ਕਰਦੇ ਪਏ ਹੋ, ਕੀ ਤੁਹਾਡਾ ਲੌਂਗ ਟਰਮ ਗੋਲ ਉੱਥੇ ਰਜਿਸਟਰਡ ਨਰਸ ਬਣਨ ਦਾ ਜਾਂ ਆਪਣੀ ਫੀਲਡ ਦੇ ਵਿੱਚ ਹੀ ਐਕਸਟੈਂਡਡ ਆਰਮ ਦੇ ਵਿੱਚ ਕੰਮ ਕਰਨ ਦਾ। ਐਕਸਟੈਂਡਡ ਆਰਮ ਤੋਂ ਮੇਰਾ ਭਾਵ ਹੈਗਾ ਕੋਈ ਵੀ ਉਹ ਕੰਮ ਜਿਹੜਾ ਕਿ ਮੈਡੀਕਲ ਨਾਲ ਰਿਲੇਟਡ ਹੋਊਗਾ ਪਰ ਤੁਹਾਡੀ ਨਰਸਿੰਗ ਕੁਆਲੀਫਿਕੇਸ਼ਨ ਨੂੰ ਇੰਨਾ ਨਹੀਂ ਵਰਤੂਗਾ ਲੌਂਗਰ ਟਰਮ ਦੇ ਵਿੱਚ, ਜਦਕਿ ਤੁਸੀਂ RN ਵਾਲੇ ਪਾਸੇ ਪ੍ਰੋਸੀਡ ਕਰ ਸਕੋ। ਤਾਂ ਆਹ ਕੁਛ ਚੀਜ਼ਾਂ ਦਾ ਖਿਆਲ ਰੱਖੋਗੇ, ਉਸ ਤੋਂ ਬਾਅਦ ਤੁਸੀਂ ਆਪਣਾ ਕੰਟਰੀ ਡੈਸਟੀਨੇਸ਼ਨ ਲੈ ਕੇ ਚੱਲ ਸਕਦੇ ਹੋ। ਇੱਕ ਗੱਲ ਛੋਟੀ ਜਿਹੀ ਮੈਂ ਐਂਡ ਵਿੱਚ ਇਹ ਕਹਿਣਾ ਚਾਹਾਂਗਾ, ਨਰਸਿਸ ਇੱਕ ਬਹੁਤ ਹੀ ਨੋਬਲ ਕੌਜ਼ ਅਤੇ ਨੋਬਲ ਪ੍ਰੋਫੈਸ਼ਨ ਮੰਨਿਆ ਜਾਂਦਾ ਹੈਗਾ। ਨਰਸਿਸ ਨੂੰ ਪੂਰਾ ਹੱਕ ਹੈਗਾ ਚੰਗਾ ਲਾਈਫ, ਚੰਗੀ ਫਿਊਚਰ ਅਤੇ ਚੰਗੀ ਯੂਨੀਵਰਸਿਟੀ ਪੜ੍ਹ ਕੇ ਉਸ ਕੰਟਰੀ ਦਾ ਵਸਨੀਕ ਬਣਨ ਲਈ। ਹਾਂ, ਰਾਹ ਵੱਖਰੇ ਵੱਖਰੇ ਹੋ ਸਕਦੇ ਹੈ, ਕ੍ਰਾਈਟੀਰੀਆ ਔਰ ਪ੍ਰੋਸੈਸ ਵੱਖਰਾ ਵੱਖਰਾ ਹੋ ਸਕਦਾ। ਤਾਂ ਬਿਫੋਰ ਤੁਸੀਂ ਆਪਣੇ ਆਪ ਨੂੰ ਜੰਪ ਕਰੋ ਕਿਸੇ ਵੀ ਦੇਸ਼ ਦੇ ਵਿੱਚ, ਤੁਸੀਂ ਪ੍ਰੋਫਾਈਲ 'ਚ ਆਪਣੀ ਕੀ ਦੇਖਣਾ, ਐਮ ਆਈ ਮੈਰਿਡ, ਐਮ ਆਈ ਐਕਸਪੀਰੀਅੰਸ ਕਿੰਨਾ ਹੈਗਾ ਮੇਰੇ ਕੋਲ ਪੂਰੇ ਓਕੂਪੇਸ਼ਨ ਦਾ, ਮੇਰਾ ਇੰਗਲਿਸ਼ ਲੈਵਲ ਦਾ ਸਕੋਰ ਕਿੰਨਾ ਹੈਗਾ, ਮੇਰਾ ਅਕੈਡਮਿਕ ਪਰਸੈਂਟੇਜ ਕੀ ਹੈਗਾ, ਐਂਡ ਇਹਨਾਂ ਚੀਜ਼ਾਂ ਨੂੰ ਲੈ ਕੇ ਕਿਸੇ ਕੰਸਲਟੈਂਟ ਕੋਲ ਜਾਂਦੇ ਹੋ, ਸਾਡੇ ਕੋਲ ਆਉਂਦੇ ਹੋ, ਜਾਂ ਆਪ ਘਰੇ ਬੈਠੇ ਤੁਸੀਂ ਅਪਲਾਈ ਕਰਦੇ ਹੈਗੇ ਹੋ, ਅਤੇ ਜਿਹੜਾ ਦੇਸ਼ ਸਿਲੈਕਟ ਕਰਦੇ ਹੋ ਉਹਦਾ ਫਿਊਚਰ ਕੀ ਹੈ, ਕਿ ਉਹ ਕੋਰਸ ਪ੍ਰੋਫੈਸ਼ਨਲੀ ਰਿਕਗਨਾਈਜ਼ ਹੈ, ਕਿ ਤੁਹਾਨੂੰ ਉਹ 2 ਸਾਲ ਦਾ ਪੋਸਟ ਸਟੱਡੀ ਵਰਕ ਵੀਜ਼ਾ ਔਰ 1 ਈਅਰ ਦਾ ਪੋਸਟ ਸਟੱਡੀ ਵਰਕ ਵੀਜ਼ਾ ਦੇ ਵਿੱਚ ਫਾਇਦਾ ਦੇਵੇਗਾ, ਤਾਂ ਕਿ ਕੱਲ੍ਹ ਤੁਸੀਂ ਪੱਕੇ ਹੋਣ ਲਈ ਆਪਣੀ ਐਪਲੀਕੇਸ਼ਨ ਪਾ ਸਕੋ ਅਤੇ ਪ੍ਰੋਪਰ ਰਿਜ਼ਲਟ ਲੈ ਸਕੋ। ਪਲੀਜ਼ ਅੰਡਰਸਟੈਂਡ,
ਇੱਕ ਨਰਸ ਲਈ ਜ਼ਰੂਰੀ ਨਹੀਂ ਹੈ ਆਰਐਨ ਹੀ ਡੈਸਟੀਨੇਸ਼ਨ ਹੈ, ਬਹੁਤ ਸਾਰੇ ਫੈਕਟਰਸ ਨੇ, ਡਿਪੈਂਡਿੰਗ ਕਰਦਾ ਤੁਹਾਡਾ ਪ੍ਰੋਫਾਈਲ, ਤੁਹਾਡਾ ਅਕੈਡਮਿਕ, ਇੰਗਲਿਸ਼, ਪੈਸਾ ਕਿੰਨਾ ਖਰਚਣਾ ਹੈਗਾ, ਆਹ ਸਾਰੀ ਚੀਜ਼ਾਂ ਨੂੰ ਮਿਲਾ ਕੇ ਤੁਸੀਂ ਕੰਟਰੀ ਨੂੰ ਸਿਲੈਕਟ ਕਰ ਸਕਦੇ ਹੈਗੇ ਹੋ। ਤਾਂ ਇੱਕ ਪਹਿਲਾ ਸੀਗਾ ਐਪੀਸੋਡ ਸਾਡਾ ਨਰਸਿੰਗ ਵਾਸਤੇ। ਹੁਣ ਇੱਕ ਛੋਟੀ ਜਿਹੀ ਰਿਕੁਐਸਟ ਹੈ, ਤੁਸੀਂ ਜਿਸ ਵੀ ਬੈਕਗਰਾਊਂਡ ਨੂੰ ਬਿਲੋਂਗ ਕਰਦੇ ਹੋ, ਬਾਇਓ ਇਨਫੋਰਮੈਟਿਕਸ ਕੀਤਾ, ਕਲਾਸ 12th ਕੀਤਾ, ਅਕਾਊਂਟਿੰਗ ਕੀਤਾ, ਆਰਟਸ ਬੈਕਗਰਾਊਂਡ ਹੋ, ਕੋਈ ਵੀ ਸਵਾਲ ਹੈ ਆਪ ਸਾਡੇ ਕਮੈਂਟ ਬਾਕਸ ਦੇ ਵਿੱਚ ਕਰੋ, ਅਤੇ ਅਗਲੇ ਐਪੀਸੋਡ ਅਸੀਂ ਉਸ 'ਤੇ ਹੀ ਕਰਨ ਦੀ ਕੋਸ਼ਿਸ਼ ਕਰਾਂਗੇ, ਡਿਪੈਂਡਿੰਗ ਕਿਹਦੀ ਜ਼ਿਆਦਾ ਡਿਮਾਂਡ ਆਏਗੀ ਅਤੇ ਉਸਦੇ ਹਿਸਾਬ ਨਾਲ ਤੁਹਾਨੂੰ ਜਿਹੜਾ ਕੰਟਰੀ ਵੱਖ ਵੱਖ ਹੋ ਗਏ, UK ਹੋ ਗਿਆ, USA ਹੋ ਗਿਆ, ਜਰਮਨੀ ਹੋ ਗਿਆ, ਆਸਟ੍ਰੇਲੀਆ, ਨਿਊਜ਼ੀਲੈਂਡ ਐਂਡ ਹੋਰ ਸਾਡੇ ਜਿਹੜੇ ਵੀ ਕੰਟਰੀ ਸਾਡੇ ਯੂਰੋਪੀਅਨ ਕਿੱਟੇ 'ਚ ਆਉਂਦੇ ਨੇ, ਇਹ ਕੋਰਸਿਸ ਦੀ ਉਹਨਾਂ ਕੰਟਰੀਆਂ 'ਚ ਕੀ ਸਕੋਪ ਹੈਗਾ ਅਤੇ ਕੀ ਪ੍ਰੋਸੈਸ ਹੈ ਦੱਸਣ ਦੀ ਕੋਸ਼ਿਸ਼ ਕਰਾਂਗੇ। ਥੈਂਕ ਯੂ ਵੈਰੀ ਮੱਚ।